ਤਜਰਬਾ ਜੀ, ਪਿਛਲੀ ਵਾਰ ਮੈਂ 2022 ਦੇ ਜਿਹੜੇ ਇਲੈਕਸ਼ਨ ਸੀਗੇ ਉਦੋਂ ਡਿਊਰਿੰਗ ਕੋਡ ਆਫ ਕੰਡਕਟ ਆਈ ਸੀਗੀ ਇੱਥੇ ਜਨਵਰੀ 2022 'ਚ, ਅਤੇ ਹੁਣ ਕੱਲ੍ਹ ਦੀ ਜਿਹੜੀ ਲਿਸਟ ਆਈ ਉਹਦੇ 'ਚ ਮਾਨਯੋਗ CM ਪੰਜਾਬ ਔਰ DGP ਪੰਜਾਬ ਸਰ ਵੱਲੋਂ ਮੈਨੂੰ ਦੁਬਾਰਾ ਬਠਿੰਡਾ ਸਰਵ ਕਰਨ ਲਈ ਭੇਜਿਆ ਗਿਆ। ਸੋ ਇਟ ਇਜ਼ ਮਾਈ ਡਿਊਟੀ ਟੂ ਕਮ ਹੇਅਰ, ਔਰ ਬੜੀ ਖੁਸ਼ੀ ਵੀ ਹੋ ਰਹੀ ਹੈ। ਮਤਲਬ ਆਈ ਵਾਜ਼ ਨੋਟ ਐਕਸਪੈਕਟਿੰਗ ਕਿ ਆਈ ਵਿਲ ਬੀ ਕਮਿੰਗ ਹੇਅਰ ਅਗੇਨ, ਬਟ ਆਈ ਐਮ ਵੈਰੀ ਪ੍ਰਾਊਡ ਕਿ ਮੈਂ ਦੁਬਾਰਾ ਆ ਕੇ ਬਠਿੰਡਾ ਦੀ ਜਿਹੜੇ ਸਿਟੀਜ਼ਨਸ ਉਹਨਾਂ ਨੂੰ ਸਰਵ ਕਰਾਂਗੀ, ਔਰ ਤੁਹਾਡੇ 'ਚੋਂ ਕਾਫੀਆਂ ਨੂੰ ਮੈਂ ਪਹਿਲਾਂ ਵੀ ਜਾਣਦੀ ਹਾਂ, ਸੋ ਫੈਮਿਲੀਆਰਿਟੀ ਚਾਹੇ ਸਟਾਫ ਦੀ ਹੋਏ ਚਾਹੇ ਮੀਡੀਆ ਫਰਟਰਨਿਟੀ ਦੀ ਪਬਲਿਕ ਨੂੰ ਵੀ ਮਿਲਾਂਗੀ। ਸੋ ਚੰਗਾ ਲੱਗਦਾ ਜੀ ਦੁਬਾਰਾ ਕਿਸੇ ਜ਼ਿਲ੍ਹੇ 'ਚ, ਸਪੈਸ਼ਲੀ ਜਿਹੜੇ ਇੰਪੋਰਟੈਂਟ ਜ਼ਿਲ੍ਹੇ ਹੁੰਦੇ ਉੱਥੇ ਕੰਮ ਕਰਨ ਦਾ ਦੁਬਾਰਾ ਮੌਕਾ ਮਿਲੇ। ਇਟ ਇਜ਼ ਅ ਮੈਟਰ ਆਫ ਪ੍ਰਾਈਡ ਫੋਰ ਮੀ, ਐਂਡ ਆਈ ਹੋਪ ਕਿ ਪਿਛਲੀ ਵਾਰ ਵੀ ਮੇਰਾ ਤਜਰਬਾ ਵਧੀਆ ਹੀ ਸੀਗਾ ਜੀ ਇਲੈਕਸ਼ਨਸ 'ਚ, ਅਤੇ ਆਈ ਹੋਪ ਹੁਣ ਉਸ ਤੋਂ ਵੀ ਵਧੀਆ ਹੋਏ। ਥੈਂਕ ਯੂ ਜੀ। ਇਸ ਟਾਈਮ ਤੋਂ ਪ੍ਰਾਇਓਰਿਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪੁਲਿਸ ਦੀ ਇਸ ਟਾਈਮ ਨੰਬਰ 1 ਪ੍ਰਾਇਓਰਿਟੀ ਵਰਕ ਅਗੇਂਸਟ ਔਨ ਡਰੱਗਸ ਹੈ, ਸੋ ਮੇਰੀ ਉਹ ਵੀ ਪ੍ਰਾਇਓਰਿਟੀ ਰਹੇਗੀ, ਅਤੇ ਸਾਡਾ ਜਿਹੜਾ ਨਵਾਂ BNS ਦਾ ਜਿਹੜਾ ਕਾਨੂੰਨ ਅਸੀਂ ਸਟ੍ਰੀਮ ਲਾਈਨ ਕਰ ਰਹੇ ਹਾਂ ਉਹ ਵੀ ਰਹੇਗਾ, ਅਤੇ ਪਬਲਿਕ ਦੀ ਜਿਹੜੇ CM ਸਾਹਿਬ ਬਾਰ ਬਾਰ ਸਾਨੂੰ ਕਹਿੰਦੇ ਕਿ ਜਿਹੜੀ ਪਬਲਿਕ ਦੀ ਗ੍ਰੀਵੈਂਸਿਸ ਹੈ ਉਹਨਾਂ ਦੀ ਦੁੱਖ ਤਕਲੀਫਾਂ ਅਸੀਂ ਪ੍ਰਾਇਓਰਿਟੀ 'ਤੇ ਰਿਜ਼ੋਲਵ ਕਰਾਈ। ਮਲਟੀਪਲ ਫੈਕਟਰਸ ਹੁੰਦੇ ਆ ਜੀ, ਮੈਂ ਜਸਟ ਜੁਆਇਨ ਹੀ ਕਰਨਾ, ਹੌਲੀ ਹੌਲੀ ਸਿਸਟਮ ਸਮਝ ਵੀ ਆ ਜਾਏਗਾ, ਐਂਡ ਤੁਹਾਡੇ ਨਾਲ ਵੀ ਮੁਲਾਕਾਤ ਹੁੰਦੀ ਰਹੇਗੀ, ਔਰ ਜੋ ਵੀ ਪ੍ਰੋਬਲਮਸ ਹੈ ਉਹਨੂੰ ਅਸੀਂ ਵੱਧ ਤੋਂ ਵੱਧ ਜਿੰਨੀ ਜਲਦੀ ਹੋ ਸਕੇ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਬਟ ਅਗੇਨ ਆਈ ਵੁੱਡ ਸੇ ਕਮਿਊਨਿਟੀ ਪਾਰਟੀਸੀਪੇਸ਼ਨ ਮੈਂ ਹਮੇਸ਼ਾ ਬਿਲੀਵ ਕਰਦੀ ਹਾਂ, ਤੁਹਾਡੇ ਮਾਧਿਅਮ ਰਾਹੀਂ ਜਾਂ ਜਿੰਨੀ ਵੀ ਪਬਲਿਕ ਮਿਲੇਗੀ ਉਹਨਾਂ ਦੇ ਨਾਲ ਮਿਲ ਕੇ ਹੀ ਮੈਂ ਕੰਮ ਕਰਾਂਗੀ, ਔਰ ਇਹ ਮੇਰਾ ਪਲਾਨ ਹੈ। ਥੈਂਕ ਯੂ। ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ। ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਅਤੇ ਸਮਝਣ ਦੀ ਸਹੀ ਉਮਰ। ਇਸੇ ਉਮਰ ਦੇ ਵਿੱਚ ਹੀ ਬਣਦੀ ਹੈ ਕਾਬਲੀਅਤ ਕੰਸੈਪਟ ਨੂੰ ਸਮਝਣ ਅਤੇ ਲਰਨ ਕਰਨ ਦੀ। ਜ਼ੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ, ਤਾਂ ਕਿ ਤੁਹਾਡਾ ਬੱਚਾ ਇੱਥੇ ਕਰ ਸਕੇ ਜੀ ਲਾ ਕੇ ਪੜ੍ਹਾਈ। ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ।